सत्कार्यो दियो बड़ी खुशी हुई है कि तुसी बहुत बहुत बड़ी गिणती दे विच आज इत्थे इस रैली दे विच इकट्ठे होए। यार दो मिनट चाड़ी उन्होंने बुला लो थले कोई ना इधर पीछे लिया मैं गल कर लूंगा। रैलियां अकालियां ने भी होनी है पीछे इधर होके हटी है आम आदमी आगे भी होनी है लेकिन आज कारण लोग इस तरह जाने जिस तरह भोग पर जा रहे होंगे ते तुसी इस तरह आए हैं जिस तरह ब्याह पर जा रहे होंगे तो बड़ा बड़ा धन्यवाद है बड़ा तुसी प्यार दिता। मैनू कहिंदे जी ये मजा भी चोर लैंदा है ये मजे भी मोड़ लैंदा है ये इच्छा भी चला लैंदा है यार आप सारे कर लेंगे काम के पेटू लोग है लेकिन अजय मैं एक बात मेरे दसी होनी मैं जी कर लेना है वो दो दिन से शुरू हो गई है इन्हें पता ही नहीं है खून पता लगे भी डांग नाल पूरे पूरे पंजाब मिल गए आ हो तुसी मैं दसो दीगा के मीडिया पंजाब दे विच जिन्हां लोगों ने मामा दीआं कुक्कां नूं बर्बाद करे जिन्हां लोगों ने पंजाब दी नौजवानी नूं नशा दिवाया जिन्हां लोगों ने मेरे पंजाब दी अर्थव्यवस्था नूं उगाड़िआ जे लोग जिम्मेवार है पंजाब दे विच नशा दे ते सरकार दे नशे बनाउण वाले ਕਹਿੰਦਾ ਸਰਕਾਰਾਂ ਹੀ ਪਕਾਉਂਦੀਆਂ ਨੇ ਚਿੱਟਾ ਹੈ ਮੇਰੀ ਸ਼ਰਨਾਮ ਲਿਖਦਾ ਲੋਕ ਗੀਤ ਬਣ ਗਏ ਇਹਨਾਂ ਦੇ ਕਾਰਨਾਮੇ ਦੇ ਇਹਨਾਂ ਦੇ ਕਟੂਤਾਂ ਦੇ ਲੋਕਾਂ ਨੇ ਗੀਤ ਗਾਏ ਸਰਕਾਰਾਂ ਬਦਨਾਮ ਹੋਈਆਂ ਅਕਾਲੀ ਦਲ ਬਦਨਾਮ ਹੋਇਆ ਇਹਨਾਂ ਨੇ ਪੰਥ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਬੇਅਦਬੀਆਂ ਕਰਾਈਆਂ ਤੇ ਅੱਜ ਇਹਨਾਂ ਨੂੰ ਹੱਥ ਪਿਆ ਹੁਣ ਪੂਰਾ ਤੜ ਭਰੇ ਹੁਣ ਕਹਿੰਦੇ ਜੀ ਇਹ ਸਾਡੇ ਨਾਲ ਬਟੈਟਾ ਕਰਦੇ ਇਹ ਅਸੀਂ ਕਾਰਵਾਈ ਨਹੀਂ ਕੀਤੀ ਇਹਨਾਂ ਦੀ ਆਪਣੀ ਸਰਕਾਰ ਦਾ ਬਾਤ ਇਹ ਕਾਰਵਾਈ ਸ਼ੁਰੂ ਹੋਈ ਹਾਈ ਕੋਰਟ ਦੇ ਆਦੇਸ਼ ਹੋਏ ਕਿ ਨਸ਼ੇ ਦੇ ਸੁਦਾਗਰਾਂ ਨੂੰ ਦਬਾਓ ऐसी हाई कोर्ट के देशों से काम कर रहे कानून अपना काम कर रहे हैं लेकिन साढ़े लोग पहला साढ़े आए भी इन्हों ने मिले हुए सी आजाद उन बच्चे और भारतीय का जोया कैप्टन का भी बयान आ गया कहना दिखा दो होया क्योंकि चाचे अपनी जेब में हुए कटे सी इसे करके लेकिन उन आ रहे हैं कि तुसी सच में सच नहीं है ले ਤੁਸੀਂ ਮਿਲ ਕੇ ਉੱਤਰ ਕਾਟੋ ਮੇਰੀ ਵਾਰੀ ਇੱਕ ਜਾਨ ਕੁਰਸੀ ਮਟਾ ਦੇ ਲੈ ਕੇ ਉੱਤਰ ਜਾਂਦਾ ਮੇਰੀ ਮੁਕਰਾ ਖੇਡ ਲਿਆ ਲੇਕਿਨ ਪੰਜਾਬ ਦੇ ਲੋਕਾਂ ਨੂੰ ਕੋਈ ਮੌਕਾ ਨਹੀਂ ਰਜਵਾੜਾ ਸ਼ਾਹੀ ਉਹ ਅਮੀਰ ਲੋਕ ਜਿਨ੍ਹਾਂ ਦਾ ਅੰਤ ਵਾਲਾ ਪੈਸਾ ਇਹ 10-20 ਕੀਲੇ ਵਾਲੇ ਪਹਿਨ ਨਾ ਰੱਖੋ ਕੋਈ 10-20 ਕੀਲੇ ਵਾਲਾ ਕਿਸਾਨ ਅਮੀਰ ਨਹੀਂ ਹੁੰਦਾ अमीर है लोग जिन्हें 1000 एकड़ जमीन है बादलों को
अमीर लोगों का कैप्टन जिन्हों को जायदाद का पता ही नहीं, इन्हों की जात बरादरी इन्हों का धर्म सिर्फ अमीरी है, ये अमीरी के नाल एक दूजे के नाल खेडते है, अपना इन्हों कोई फिक्र नहीं है, कोई धर्म का फिक्र नहीं है, बेअदबी का कुछ नहीं करिया, बेअदबी इन्होंने कराइया। मैं जब ऑपोजिशन का लीडर सी ਯਾਰ ਕਿਹਾ ਸੀ ਕਿ ਬੇਅਦਬੀ ਦੀ ਪੈਟ ਬਾਗ ਵਾਲੇ ਖੜ ਜਾਂਦੀ ਹੈ, ਔਰ ਹੁਣ ਉੱਧਰ ਨੂੰ ਪੈਟ ਲੱਭਣ ਵਾਲੇ ਤੋਏ ਹੋਏ ਹੈ, ਉਹ ਵੀ ਹੱਲ ਕਰਾਂਗੇ ਮਸਲਾ। ਆ ਜਿਹੜੇ ਨਸ਼ੇ ਦੇ ਸੁਦਾਗਰ ਹੈ ਇਹਨਾਂ ਦਾ ਮਸਲਾ ਹੱਲ ਕਰਨ ਵਾਲੇ ਨੂੰ ਤੁਰ ਪਏ ਹੈ, ਪਰਚਾ ਦਰਜ ਕਰਦਾ ਹੈ ਬੀਚੇ ਦੇ। ਅਸਲੀਅਤ ਹੈ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਫੈਲਾਏ ਹੈ, ਔਰ ਉਹ ਅਸਲੀਅਤ ਹੁਣ ਲੋਕਾਂ ਦੇ ਸਾਹਮਣੇ ਲੈ ਕੇ ਆਏ ਹੈ। ਸਰਕਾਰੀਓ ਵੀਰੋ ਅਸੀਂ ਉਹ ਕੰਮ ਕਰਦੇ ਔਰ ਬੀਬੀ ਕਹਿ ਰਹੇ ਨੇ ਕਹਿੰਦੇ ਜੀ ਸਾਨੂੰ ਸੁਰੱਖਿਅਤ ਪੰਜਾਬ ਚਾਹੀਦਾ, ਚੰਗੀ ਸੁਰੱਖਿਅਤ ਆਪੇ ਹੋ ਜਾਣਾ, ਜਿਹੜਾ ਸੁਰੱਖਿਅਤ ਕਰਨ ਵਾਲੇ ਪੜਾ ਲੈਣੇ ਹੁਣ ਪੰਜਾਬ ਨੂੰ ਡਾਂਗ ਲੈ ਕੇ ਪਏ ਹੋਏ ਆ ਪਿੱਛੇ, ਜਿਹਨਾਂ ਨੇ ਪੰਜਾਬ ਨੂੰ ਸੁਰੱਖਿਅਤ ਕਰਿਆ, ਜਿਹਨਾਂ ਨੇ ਪੰਜਾਬ ਨੂੰ ਲੁੱਟਿਆ, ਜਿਹਨਾਂ ਤੋਂ ਨਸ਼ਿਆਂ ਦਾ ਖਤਰਾ, ਜਿਨ੍ਹਾਂ ਤੋਂ ਧਰਮ ਨੂੰ ਖਤਰਾ, ਜਿਨ੍ਹਾਂ ਤੋਂ ਤੀਆਂ ਭੈਣਾਂ ਨੂੰ ਖਤਰਾ, ਉਹ ਪਛਾਣੇ ਆ ਡਾਂਗ ਲੈ ਕੇ ਉਹਦੇ ਪਿੱਛੇ ਭੱਜੇ ਹੋਏ। ਮੈਂ ਧੰਨਵਾਦ ਜੀ ਆਪਣੇ ਹੋਮ ਮਿਨਿਸਟਰ ਦਾ, ਜਿਹੜੇ ਕਿ ਦਿਨ ਰਾਤ ਮੇਰੇ ਨਾਲ ਲਾ ਕੇ ਅਸੀਂ ਰਾਤਾਂ ਲਾ ਕੇ ਹੈ, ਅਸੀਂ ਮਿਹਨਤ ਕਰ ਰਹੇ ਹਾਂ, ਲੇਕਿਨ ਪੰਜਾਬ ਦੇ ਲੋਕਾਂ ਨੂੰ ਅਸੀਂ ਇਨਸਾਫ਼ ਦੇ ਕੇ ਰਿਹਾ, ਨਾ ਅਸੀਂ ਸੌਂਦੇ ਹਾਂ, ਨਾ ਅਫਸਰਾਂ ਨੂੰ ਸੌਣ ਦੇਣਾ, ਜਿਹੜੇ ਆਮ ਗਰੀਬ ਲੋਕ, ਮਿਡਲ ਕਲਾਸ ਦੇ ਲੋਕ, ਕਿਸਾਨ ਜਿਹੜੇ ਆਪਣੇ ਪਿੰਡੇ ਤੇ ਤਕਲੀਫਾਂ ਹਟਾਉਂਦਾ, ਅਸੀਂ ਉਹਨਾਂ ਦਾ ਹੱਲ ਕਰਦੇ। ਬਿਜਲੀ ਦੇ ਡੇਢ ਬਿੱਲ ਆਏ ਹੋਏ ਸੀ ਸਾਡੇ ਹਰ ਕਿਸੇ ਦੇ, 2 ਕਿਲੋਵਾਟ ਤੱਕ ਦੇ ਜਿਨ੍ਹਾਂ ਦੇ ਬਿਜਲੀ ਦੇ ਮੀਟਰ ਹੈ, 52 ਲੱਖ ਪਰਿਵਾਰ ਹੈ, 1500 ਕਰੋੜ ਰੁਪਇਆ ਮਾਫ ਕੀਤਾ ਸਾਰਿਆਂ ਬਿਜਲੀ ਦੇ ਬਿੱਲ ਵੱਡੇ ਵੱਡੇ ਆਉਂਦੇ। ਮੈਂ 3 ਰੁਪਈਏ ਰੇਟ ਘਟਾਇਆ 1 ਯੂਨਿਟ ਦਾ,10 ਲੱਖ ਹੈ 12.5 ਕਰੋੜ ਰੁਪਇਆ ਪਿੰਡਾਂ ਦੀ ਪਾਣੀ ਵਾਲੀਆਂ ਟੈਂਕੀਆਂ ਦਾ ਮਾਫ ਕਰਿਆ, ਪੁਰਾਣਾ ਵੀ ਠੀਕ ਮਾਰਤੀ, ਅੱਗੇ ਨੂੰ ਵੀ ਤੁਹਾਨੂੰ ਦੇਣਾ ਪੈਣਾ, ਪਾਣੀ ਦੀਆਂ ਟੈਂਕੀਆਂ ਦੇ ਪਾਣੀ ਫ੍ਰੀ ਕਰਦੇ ਹੈ, ਬਿਜਲੀ ਦੀ ਮੋਟਰ ਜਿਹੜੀ ਉਹਦੇ ਤੇ ਲੱਗੀ ਹੋਈ ਹੈ, ਤੇ 160 ਰੁਪਏ ਦਾ ਬਿੱਲ ਆਉਂਦਾ ਸੀ, ਤੁਹਾਡਾ ਹੁਣ ਸਿਰਫ 50 ਰੁਪਏ ਆਏ ਕਰਨਾ ਹੈ, ਪੁਰਾਣੇ ਬਿੱਲ ਤੁਹਾਡੇ ਮਾਫ ਕਰਦੇ ਹੈ ਸਾਰੇ ਪਾਣੀ ਦੇ, ਪਿੰਡਾਂ ਦੇ ਲੋਕਾਂ ਨੇ, ਸ਼ਹਿਰਾਂ ਦੇ ਲੋਕਾਂ ਨੇ, ਪੁਰਾਣੇ ਬਿਜਲੀ ਪਾਣੀ ਦੇ ਤੇ ਸੀਵਰੇਜ ਦੇ ਬਿੱਲ ਜਿਹੜੇ ਮਾਫ ਕਰਦੇ ਹੈ। ਕਹਿੰਦੇ ਜੀ ਐਲਾਨ ਲਾਗੂ ਨਹੀਂ ਕਰਦਾ, ਸਿਰਫ ਐਲਾਨ ਕਰਦਾ ਹੈ, ਲੇਕਿਨ ਤੁਹਾਡੇ ਬਿੱਲਾਂ ਚ ਲਿਖ ਕੇ ਆ ਗਿਆ ਪੁਰਾਣਾ ਪਕਾਇਆ ਨਹੀਂ ਲੈਣਾ, ਪਾਣੀ ਦੇ ਪਕਾਏ ਨਹੀਂ ਲੈਣੇ, ਸੀਵਰੇਜ ਦੇ ਪਕਾਏ ਨਹੀਂ ਲੈਣੇ, ਪੈਟਰੋਲ 10 ਰੁਪਏ ਸਸਤਾ ਕਰਿਆ, ਸਾਰੇ ਹਿੰਦੁਸਤਾਨ ਨਾਲ ਸਸਤਾ ਕਰਤਾ, ਬਿਜਲੀ ਸਾਰੇ ਹਿੰਦੁਸਤਾਨ ਨਾਲ ਸਸਤੀ ਕਰੀ ਹੈ, ਡੀਜ਼ਲ 5 ਰੁਪਏ ਸਸਤਾ ਕਰਿਆ। ਤੁਸੀਂ ਪੈਟਰੋਲ ਪੰਪ ਜਾਓ, ਡਰਾਮ ਭਰਾਓ 1000 ਰੁਪਏ, ਮੌਕੇ ਬਰਵਾਜਾ ਦਾ ਜਿਹੜੇ ਕਹਿੰਦੇ ਐਲਾਨ ਲਾਗੂ ਨਹੀਂ ਕਰਦਾ, ਉੱਥੇ ਜਾ ਕੇ ਦੇਖੀ, ਜਿਹੜੇ ਕਹਿੰਦੇ ਆਹ ਲਾਗੂ ਨਹੀਂ ਕਰਦਾ, ਤੇਲ ਪਾਓ 50 ਲੀਟਰ 500 ਰੁਪਇਆ ਵਾਜਾ ਪੈਟਰੋਲ ਦਾ, ਰੇਤਾ ਦਰਿਆ ਪਰ 5.5 ਰੁਪਏ ਵਿਕਿਆ। ਮੈਂ ਕਿਹਾ ਵੀਡੀਓ ਪਾਓ, ਜੇ ਕਿਤੇ 6 ਰੁਪਏ ਵਿਕਿਆ ਉਹਨੂੰ ਵੀ ਟੰਗਾਂਗਾ ਤੇ ਤੁਹਾਨੂੰ 25,000 ਰੁਪਇਆ ਇਨਾਮ ਦਊਂਗਾ। ਇਹ ਗੱਲ ਲਿਆਣੀ ਹੈ, ਕਿਉਂ ਕਰ ਰਿਹਾ ਮੈਂ, ਕਿਉਂਕਿ ਇਹ ਤਕਲੀਫਾਂ ਮੈਂ ਆਪਣੇ ਪਿੰਡੇ ਤੇ ਖੜਾਈ ਹੈ। ਮੈਨੂੰ ਪਤਾ ਹੈ ਜਦ ਗਰੀਬ ਦਾ ਕੋਠਾ ਚੁੱਕਦਾ ਤਾਂ ਕਿਤੇ ਪਰਾਲ ਰੱਖਣੀ ਪੈਂਦੀ, ਕਿਤੇ ਕੋਲੀ ਰੱਖਦਾ, ਕਿਤੇ ਲੂੰਗੀ ਰੱਖਦਾ, ਕਿਤੇ ਗੜਵੀ ਰੱਖਦਾ। ਇਹਨਾਂ ਨੂੰ ਕਿਆ ਪਤਾ ਹੈ ਕਿ ਇਸ ਤਰੀਕੇ ਦੇ ਨਾਲ ਬੀਬੀਆਂ ਕੱਖ ਉਤਰਨ ਜਾਂਦੀਆਂ,
केजरीवाल ने किया, मैं कह जिस तरह अंग्रेज आए थी उस तरह ये आ गए दिल्ली से पंजाब में लुटने वास्ते। मैं क्या वो चिट्टे अंग्रेज थी, ये काले अंग्रेज है, कहना मनु काला अंग्रेज, कहता मनु काला अंग्रेज है। मैं कह चिट्टा कह देने चिट्टा अंग्रेज कह देने, ऐसा अंग्रेज है, ऐसा भारत है, ऐसा पंजाबी से निकली आए तो लुटने हो पंजाब। मैं केजरीवाल को कहना चाहता है, नाले भगवंत मान जी को कहना है, भगवंत मान बहुत दंग रहे मान लेते पिछले इलेक्शन से पहला मजीठे वाले कर लागे, मजीठे वाले कर लागे, चिट्टे वाले ने बाक्स कर ली, इन्होंने चिट्टा बेचा बड़ा कुछ किया। लेकिन डर चोर हो ली तो यही केजरीवाल ने सामने खड़ के माफी मंगी, लिखी माफी मंगी मजीठे तो कि मनु माफ कर दे, मैं तुम नशे का सलाह कर गया। भगवंत मान जी का तुम्हें कितने सी केजरीवाल माफी मांगे भाग गया दिल्ली मजीठिए तो, आज ऐसी पर्चा दर्ज कर मजीठिए से माफी मंगो पंजाब को। केजरीवाल भगवंत मान आम आदमी पार्टी आज पंजाब के लोगों को माफी मंगे कि ऐसी मजीठिए दुकान माफी मंगी, सानू माफ कर दो। भगवंत मान केजरीवाल साथ ना देता माफी दे आज तक पहली कार्रवाई हो जानी सी। आम आदमी पार्टी वाले मैं केजरीवाल कहना कहना जी ये तो नकली आम आदमी है। मैं क्या अच्छा पहले गुल्ली डंडा खेले पहले मिठा मिच दुगड़ मिठी मिचू खेले पहले बीत एक अटीक में खा लिए ऐसी यार पेंडू बंदे ऐसी क्रीपी चोड़े हैं सानू पता है ऐसी बार्डर की लीग खेलते रहे। मैं खेली बार्डर पूछे कर बार्डर की लीग खेले बार्डर की लीग में जो घोड़ा मार के बिजली के आग लेते रहे यारे एक खेली वाला बिजली का होता है चारे पास से जुतियां पहनी है यार जुतियां खा लो मुझे भी अपनी रास्ता को बजा पहना मैं पीछे से जुतियां पहनी है ये माफी मंगल आया थे और पीछे से जुतियां पहनी है यार तुझी बरियानियां करिया एक पास से मजीठिया है मुझे उनका हो गया ड्रामा गया तगड़ा दूसरे पास से केजरीवाल कोर्ट में बीच में बरियानी कर रहा है कि मैं दे लूंगा चार दिन बाद समझौता लिख लेता समझौता करके पास गया माफी मांग के पास गया होगा आम आदमी पार्टी वाले किस मुंह में पंजाब चाहोगे क्या तुसी नशे बेचने वाले सुधारना को माफी मांग के पास गए हो पंजाब चाहोगे हकदार है सो सरकार यो वीरो ड्रामे वाले यहां नहीं चलनी है असलियत पर होना पड़ना है। सानू पता है गरीब आदा किसान जब मुंडा रात में पानी लाउन जांदा पर अरे खाड़ नहीं पड़ी हुंदी दिल्ली हो हुंदी के पानी बह बिजली चले जांदी मनु पता किस तरह दिक्कत होंदी। मनु पता है गरीब मिलियन का आधा नौजवान किस तरह औखा होंदा बाहर निकल वास्ते गरीबी चो सो ऐसी उन्हां लोकां ने होंदा है। मैं उन्हां दी सिफारिश है जिन्हां दी कोई सिफारिश नहीं मैं उन्हां दी सिफारिश है जो दरख्त पर बैठे हुए देखण आए हुए जिन्हां नूं रैली दे विच जगह नहीं मिली ओह दरख्त पर बैठे सरकार यो वीरो मेरे अंदर दर्द है गरीबी दा मेरे अंदर दर्द है नौजवानां दा मैनू पता है किसान किस तरह मुसीबत कह रहे हैं। मैं एक परिवार छोड़ पीछे जा शाम गया 8:30 बजे रोटी खान खा ली मेरे घर किसान वाले 15 एकड़ जमीन है लेकिन धरती थले दबे हुए पैसा नहीं है। 15 एकड़ वाले किसान का भी हाल है क्योंकि किसान नू उदी फसल का पूरा भार नहीं मिल रहा क्योंकि किसान ही आज लाहे वक्त कर नहीं रहा हुआ मजदूर का बुरा हाल है। ये चीजा मुझे जो कहना है समय बहुत थोड़ा मिले
लेकिन इस समय पूरा साल भी कर रहे रात नू दिन नू हर टाइम हाजिर पहले पूछते सी यार मुख्यमंत्री जागला कर रहे कैप्टन वाले पूछते सी हूं किसी माइंड नहीं पता लगता भी सौदा कर रहे पहला ये कहते सी कहते यार इन्हें क्या कर रहे हैं हूं ये सोचने आ रही है भीला क्या करिए धंधा में जीव नहीं बैठे है बादल कि किस तरह फांसे के हेला बंदा आ गया साड़ी बेआजी भी काट रहे हैं ते साड़े नशे भी काट रहे आ रहा आम आदमी पार्टी वाले यार थोड़ा पंजाब में बदले नहीं मिलता हर जगह लिखा हुआ है ऐसी बार केजरी बार क्या कर रही पंजाबी है नहीं रहे बाहर जाके किस तरह अधिकारों में कुछ सामना कर दिया जब मर दिया गया तमिल में सरकार योगियों मैं ਗੱਲਾਂ ਤਾਂ ਬਹੁਤ ਕਰਨੀਆਂ ਪਰ ਤੁਹਾਨੂੰ ਸਤਾਏ ਬਹੁਤ ਸਾਡੇ ਬੰਦੇ ਨੇ ਕਿੰਨੀ ਦੇਰ ਦੇ ਤੁਸੀਂ ਬੈਠੇ ਹੋ ਤੁਹਾਡੇ ਧੰਨ ਪਾ ਗਏ ਯਾਰ ਹਾਲ ਚਾਲ ਦੀ ਇਹਨਾਂ ਜੁੜੇ ਬੈਠੇ ਇੱਕ ਬੰਦਾ ਨਹੀਂ ਹਿੱਲਿਆ ਤੁਹਾਡਾ ਸੋ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਇਹ ਮੇਰਾ ਭਰਾ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਇਹ ਮੇਰੇ ਖਾਲੀ ਕਾਗਜ਼ ਪਰ ਬੂਥਾ ਲਵਾ ਸਕਦਾ ਜਿੱਥੇ ਮਰਜ਼ੀ ਲਵਾ ਲਵੇ ਜੋ ਮਰਜ਼ੀ ਕਰ ਸਕਦਾ ये लीडर एक दिन मेरी याद रखियो गल एक दिन पंजाब का लीडर बनेगा हिंदुस्तान के बीच चमके ऐसा दे लीडर मिलने बड़े औखे है मैंने एक गल कही थी मेरा ट्रांसपोर्ट महकमा मेरे को है लेकिन आप बाल रंग बड़े बड़े शीशे वाली थाने खड़ी मिलने चाहिए हमारे पुत्र का दाग से गल है जे दोस्त तो निकला आवे ये दुश्मन थोड़ा सेग नहीं ता थोड़ा कोई फायदा नहीं एरा दोस्तन निक है तुसी भीतर बाहे दे हो थानू इतना प्यार है इतने कहे तो निक का मदद थानू प्यार मदद लेकिन थोड़े अपने चले दो लंबी करनी हो ऐना सेग मार रहा है थोड़ा नू बाला नू ऐनी तकलीफ है कि जाम कितने दे गया ਆਖੀ ਦਰਵਾਜ਼ੇ ਦਾ ਜਿੱਤੇ ਐਮਐਲਏ ਰਾਜਾ ਬੁਲਿੰਗ ਡਰਦੇ ਆ ਉਹਦੇ ਦੇ ਨਾਮ ਤੋਂ ਡਰਦੇ ਲੋਕ ਉਹ ਹੈ ਜਿਨ੍ਹਾਂ ਨੇ ਪੰਜਾਬ ਦਾ ਨੁਕਸਾਨ ਕਰਿਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਜਿਨ੍ਹਾਂ ਨੇ ਪੰਜਾਬ ਨੂੰ ਕੁੱਟਿਆ ਜਿਨ੍ਹਾਂ ਨੇ ਪੰਜਾਬ ਨਸ਼ੇ ਪਾਏ ਤੇ ਜਿਹੜੇ ਕੱਲੇ ਚੁਟਕਲੇ ਸੁਣਾ ਸਕਦੇ ਆ ਸਟੇਟ ਸੁਣਾ ਸਕਦੇ ਆ ਸਟੇਟ ਨਹੀਂ ਚਲਾ ਸਕਦੇ ਸੋ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ